ਸਾਚੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤਾਂ ਪਹੁੰਚੇ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਦੇ ਵਿੱਚ ਤਾਂ ਇੱਥੇ ਮੇਰੇ ਇੱਕ ਵੀਰ ਕੋਲ ਦੋ ਤੋਕਣ ਗੱਬਣ ਜਾਨਕਿ ਚੈੱਕ ਪਾਸ ਮੱਝਾਂ ਵਿਖਾਉਗਾ ਜੇ ਇੱਕ ਸਾਹਮਣੇ ਖੜੀ ਆ ਤੇ ਇੱਕ ਜਿਹੜੀ ਉਹ ਖੜੀ ਸਾਹਮਣੇ ਤਾਂ ਕਰਾਉਣੇ ਸਾਰੀ ਬਾਈ ਹੁਣਾਂ ਨਾਲ ਗੱਲਬਾਤ ਕਿੰਨੇ ਸੂਏ ਆ ਮੱਝ ਕਿੰਨੇ ਰੁਪਈਏ ਲੈਣੇ ਕਿੰਨਾ ਦੁੱਧ ਦਿੰਦੀ ਆ ਤੇ ਕਿੰਨੇ ਟਾਈਮ ਦੀ ਗੱਬਣਾਂ ਆਜੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਆਪਾਂ ਖੜੇ ਕਿੱਥੇ ਪੜਾ ਆਪਣੇ ਦਸਕਾ ਹੁੰਦਾ ਆਪਾਂ ਪਿੰਡ ਮੱਲਾਈ ਹਾਂਜੀ ਤੇ ਜ਼ਿਲ੍ਹਾ ਮੋਗਾ ਵਿੱਚ ਜ਼ਿਲ੍ਹਾ ਮੋਗਾ ਹੈ ਅੱਛਾ ਆ ਵਕਾਊ ਆ ਮੱਝ ਫਿਰ ਹੈ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਗੱਬਾਈ ਇਹ ਇਹ ਆਪਣੀ ਸਾਢੇ 3 ਮਹੀਨੇ ਦੀ ਗੱਬਾਈ ਸਾਢੇ 3 ਮਹੀਨੇ ਗੱਬਾ ਹਾਂਜੀ ਕਿੰਵੇਂ ਸੂਏ ਮੱਝ ਹੈ ਇਹਨੇ ਦੂਜੇ ਸੂਏ ਸੂਣਾ ਆਈ ਜਾਣੇ ਦੂਜੇ ਸੂਏ ਸੂਣਾ ਹਾਂਜੀ ਮੈਂ ਮਿੱਤਰੋ ਝਾਤੀ ਮਾਰ ਲਓ ਦੂਜੇ ਸੂਏ ਸੂਣਾ ਥਣਾ ਥੁਣਾ ਦੀ ਮੈਂ ਜਿਹੜੀ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਥਣ ਦੂਜੇ ਸੂਏ ਸੂਣਾ ਤੇ ਸਾਢੇ 3 ਮਹੀਨੇ ਦੀ ਗੱਭ ਆ ਨਾ ਤੇ ਕਿੰਨੇ ਰੁਪਈਏ ਲੈਣੇ ਆ ਇਹਦਾ ਆਪਾਂ ਹੀ 55000 ਰੁਪਈਆ 55000 ਰੁਪਈਆ ਲੈਣਾ ਹਾਂਜੀ ਮੌਕੇ ਤੇ ਕੋਈ ਮਾਨਤਾ ਨਾ ਹੋ ਜੂਗਾ ਹਾਂਜੀ ਹਾਂਜੀ ਮੌਕੇ ਤੇ ਮਾਨਤਾ ਤੇ ਹੁਣ ਦੁੱਧ ਦਿੰਦੀ ਐ ਇਹ ਹਾਂਜੀ ਹੁਣ ਦੁੱਧ ਦਿੰਦੀ ਐ ਕਿੰਨਾ ਦਿੰਦੀ ਆ 3 ਸਾਢੇ 3 ਕਿਲੋ ਦੁੱਧ ਦਿੰਦੀ ਆ ਇਹ ਕਢੰਗ ਦਾ ਹੈ ਹਾਂਜੀ ਹੇ ਕਢੰਗ ਹੀ ਮਿਲਦੀ ਆ ਹਾਂਜੀ ਇਹ ਕਢੰਗ ਹੀ ਮਿਲਦੀ ਲੈ ਮਿੱਤਰੋ ਮਾਦੀ ਤੁਹਾਨੂੰ ਦਿਖਾਤੀ ਆ 3 1/2 ਕਿਲੋ ਇੱਕ ਡੰਗ ਦਾ ਦੁੱਧ ਆ ਤੁਸੀਂ ਚੋਕੇ ਦੇ ਸਕਦੇ ਹੋ ਚੈੱਕ ਪਾਸ ਆ 1/2 3 ਮਹੀਨਾ ਦੀ ਗੱਭਣ ਤਾਂ ਲੈ ਮਿੱਤਰੋ ਦਿਖਾਉਣਾ ਤੁਹਾਨੂੰ ਦੂਜੀ ਮਾਚ ਆ ਖੜੀ ਦੂਜੀ ਮਾਚ ਇਹ ਵੀ ਚੈੱਕ ਪਾਸ ਆ ਗੱਭਣ ਆ ਨਾ ਤਾਂ ਆਜੋ ਬਾਈ ਜੀ ਮੇਰੇ ਸਾਹਮਣੇ ਇਹ ਕਿੰਨੇ ਸੂਏ ਸੁਣੀ ਐ ਮੱਝ ਇਹ ਆਪਣੇ ਕੋਲ ਹੀ ਤੀਜੇ ਸੂਏ ਸੁਣੀ ਆ ਜੀ ਤੀਜੇ ਸੂਏ ਸੁਣੀ ਆ ਹਾਂਜੀ ਤੇ ਦੁੱਧ ਦਿੰਦੀ ਐ ਇਹ ਹਾਂਜੀ ਦੁੱਧ ਦਿੰਦੀ ਆ ਕਿ ਦੁੱਧ ਕਿੰਨਾ ਆਉਂਦੀ ਆ ਇੱਕ ਡੰਗ ਦਾ 2.5 ਕਿਲੋ ਆ 2.5 ਕਿਲੋ ਜਾਨਕਿ 5 ਕਿਲੋ ਦਾ ਡੰਗ ਦਾ ਢਾਈ ਦਾ ਦੁੱਧ ਆ ਨਾ ਇੱਕ ਡੰਗ ਦਾ 5 ਕਿਲੋ ਤੇ ਕਿੰਨੇ ਟਾਈਮ ਦੀ ਗੱ ਏ ਜੀ ਤੇ ਨਾਮ ਹੀ ਨਈ ਗਾਬਾ ਚੈੱਕ ਪਾਸ ਹਾਂਜੀ ਚੈੱਕ ਪਾਸ ਹੈ ਠੀਕ ਹੈ ਅਗਲਾ ਆਦੇ ਗਰੰਟੀ ਨਾਲ ਚੈੱਕ ਕਰਵਾ ਸਕਦਾ ਦੋਵਾਂ ਪਾਸੋਂ ਜਿਹੜਾ ਮੈਂ ਡਾਕਟਰ ਲਿਆ ਕੇ ਹੈਨਾ ਤੇ ਚੋ ਵੀ ਸਕਦਾ ਦੋ ਟਾਈਮ ਤਿੰਨ ਟਾਈਮ ਹੈਨਾ ਤਿੰਨ ਮਹੀਨੇ ਦੇ ਗਾਬਾ ਤੇ ਕਿੰਨੇ ਰੁਪਏ ਲੈਣੇ ਇਹਦੇ ਇਹਦਾ ਭਾਈ 60000 ਰੁਪਏ ਲੈਣਾ ਹੈ ਅੱਛਾ ਇਹਦਾ 60000 ਰੁਪਏ ਲੈਣਾ ਹਾਂਜੀ ਲੈ ਮਿੱਤਰੋ ਵੇਖ ਲੋ ਖਣਫੂਣ ਵਧੀਆ ਤੇ ਜੇ ਕਿਸੇ ਮੇਰੇ ਵੀਰ ਨੂੰ ਡੇਰੀ ਫਾਰਮ ਵਾਲਿਆਂ ਜਾਂ ਘਰੇ ਰੱਖਣ ਵਾਸਤੇ ਮੱਝਾਂ ਦੀ ਲੋੜ ਹੋਵੇ ਤਾਂ ਪਿੰਡ ਮਾਲਾ ਕਲਾਂ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਹੁਣਾਂ ਦਾ ਸੰਪਰਕ ਨੰਬਰ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਕਿ ਸੰਪਰਕ ਨੰਬਰ ਆ ਕਿਹੜਾ ਪਤਾ ਬਾਈ ਹੁਣਾਂ ਦਾ ਤੇ ਤੁਸੀਂ ਖਰੀਦ ਸਕਦੇ ਆ ਤੇ ਆਪਦੀ ਪੂਰੀ ਤਸੱਲੀ ਕਰ ਸਕਦੇ ਆ ਡਾਕਟਰ ਲੈ ਕੇ ਆਪਦੀਆਂ ਮੱਜਾਂ ਚੈੱਕ ਕਰਵਾ ਸਕਦੇ ਆ ਚੈੱਕ ਪਾਸ ਆ ਬਾਈ ਉਹਨਾਂ ਦੇ ਕਹਿਣ ਮੁਤਾਬਕ ਤੇ ਤੁਸੀਂ ਆਪ ਦੀ ਦੋ ਡੰਗ ਚ ਉਹ ਤਿੰਨ ਡੰਗ ਆ ਜਿਹੜੀ ਮੱਝ ਆ ਇਹਦਾ 60000 ਰੁਪਿਆ ਬਾਈ ਉਹਨਾਂ ਨੇ ਰੇਟ ਰੱਖਿਆ ਤੇ ਉਹ ਜਿਹੜੀ ਮੱਝ ਸਾਹਮਣੇ ਤੁਸੀਂ ਵੇਨੇ ਆ ਉਹਦਾ 55000 ਤੇ ਮਾਨਤਨ ਹੋ ਜੂਗਾ ਬਾਈ ਜੀ ਮੌਕੇ ਤੇ ਮੌਕੇ ਤੇ ਪੂਰਾ ਮਾਨਤਨ ਕਰਦੇ ਪੂਰਾ ਮਾਨਤਨ ਕਰੋਗੇ ਨਾ ਹਾਂਜੀ ਹਾਂਜੀ ਠੀਕ ਆ ਤੇ ਜਿਹੜੇ ਸੱਜਣ ਨੂੰ ਮੱਝਾ ਪਸੰਦ ਹੋਣ ਲੈਣ ਦਾ ਚਾਹਵਾਨ ਹੋਵੇ ਤਾਂ ਸੰਪਰਕ ਕਰ ਸਕਦਾ ਹੈ ਤਾਂ ਤਾਂ ਬਾਈ ਜੀ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਕਿਹੜੇ ਨੰਬਰ ਤੇ ਸੰਪਰਕ ਕੀਤਾ ਹੋਇਆ ਹੈ 97819 ਹਾਂਜੀ 38523 97819 ਤੇ 38523 ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਹੈ ਨਾ ਲੈ ਮਿੱਤਰੋ ਸਕਰੀਨ ਦੇ ਉੱਪਰ ਵੀ ਨੰਬਰ ਚੱਲੀ ਜਾਂਦਾ ਜੇ ਕਿਸੇ ਸੱਜਣ ਨੂੰ ਮੱਝ ਪਸੰਦ ਹੋਵੇ ਤਾਂ ਲੈਣੀ ਚਾਹੁੰਦਾ ਹੋਵੇ ਪਿੰਡ ਮਾਲਾ ਕਲਾ ਵਿੱਚ 97819 38523 ਪਹਿਲਾਂ ਬਾਈ ਹਾਂ ਤੁਸੀਂ ਫੋਨ ਤੇ ਸੰਪਰਕ ਕਰ ਲਓ ਭਾਈ ਕਹਿੰਦਾ ਆਦੀ 2 ਦਿਨ ਚੋਂ ਉਹ 3 ਦਿਨ ਚੋਂ ਮੱਝ ਚੋ ਕੇ ਤਸੱਲੀ ਕਰਕੇ ਆਦਾ ਡਾਕਟਰ ਲੈ ਕੇ ਤਸੱਲੀ ਕਰਕੇ ਤੁਸੀਂ ਮੱਝ ਜਿਹੜੀ ਖਰੀਦ ਸਕਦੇ ਆ ਇਹਦਾ ਮੱਝ ਦਾ ਰੇਟ ਤੁਹਾਨੂੰ ਫੇਰ ਦੱਸ ਦਿੰਦਾ ਮੈਂ 60000 ਰੁਪਇਆ ਤੇ ਇਸ ਮੱਝ ਦਾ ਰੇਟ ਹੈਗਾ 55000 ਰੁਪਇਆ ਮੌਕੇ ਤੇ ਮਾਨਤਾ ਹੋ ਜਾਊਗਾ ਤਾਂ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਸਾਰੇ ਸੱਜਣਾ ਦਾ ਸਾਰਿਆਂ ਨੂੰ ਸ਼ਸ਼ੀ ਕਾਲ